ਜੀ ਹਾਂ ਸਾਹਿਬ ਸਪੈਸ਼ਲੀ ਉਹ ਡੱਬਾ ਅਸੀਂ ਦੱਸੋ ਜਿਸਨੇ ਜਿਸ ਤੋਂ ਇਹ ਸ਼ਹਿਦ ਬਣਾਉਣੇ ਹੋ ਜੀ ਠੀਕ ਹੈ ਮੱਖੀਆਂ ਹੋਣੀਆਂ ਹਨ ਇਹ ਨਾਲ ਹੀ ਦੱਸੋ ਜ਼ਰਾ ਬਿੰਨੀਆਂ ਤਾਂ ਨਹੀਂ ਮਿਗੀ ਨਹੀਂ ਇਨਸ਼ਾਅੱਲਾ ਤੋਂ ਨਜ਼ਦੀਕ ਨਹੀਂ ਹੈ ਇਧਰ ਸੇ ਬੈਠੋ ਨਾ ਠੀਕ ਹੈ ਇਹ ਹਮ ਦੂਆ ਲਗਾ ਰਹੇ ਕੰਮ ਖਰਾਬ ਹੋਣੇ ਲੰਮੀ ਜਗ੍ਹਾ ਯੋ ਜਾਲੀ ਲਾਉਣਾ ਜਾਲੀ ਇੱਕ ਹੋਰ ਲਿਓ ਕੈਮਰਾ ਮੈਂ ਪੌੜੀ ਕਿੰਨਾ ਕਹਿ ਕੇ ਸਾਡੇ ਜਿਹੜੇ ਕੈਮਰਾ ਮੈਨ ਨੇ ਉਹ ਵੀ ਥੋੜ੍ਹੇ ਡਰਨੇ ਇਹ ਤਾਂ ਕੀ ਸਕਣੇ ਜਨਾਬ ਮਾਸ਼ਾਅੱਲਾ ਇਹ ਤੋਂ ਸਾਰੀ ਤੋਂ ਸ਼ਹਿਦ ਹੈ ਨਾ ਤੋ ਇਹ ਨਾ ਇਸਕਾ ਇਹ ਸਾਹਮਣੇ ਇਸਕੇ ਲਾਰਵਾ ਵੀ ਹੈ ਇਹ ਲਾਰਵਾ ਹੈ ਬੱਚਾ ਕੱਚਾ ਬੱਚਾ ਵੀ ਹੈ ਉਸਕੇ ਉੱਪਰ ਤੁਸ਼ਾਦ ਹੈ ਨਾ ਇਹ ਜੋ ਬੰਦ ਹੈ ਹਾਂ ਜੀ ਕੋਈ ਦੇਖੋ ਨਾ اعوذ باللہ من الشیطان الرجیم بسم اللہ الرحمن الرحیم لکھاں تے کروڑاں درود و سلام حضرت محمد مصطفی صلی اللہ علیہ وسلم پر تو ننیال پر معزز ویورز صدقیریو یوٹیوب چینل انیس سکواڈ اور میں ہاں چودھری انیس جس ٹائم موجود ہاں جناب دواک ترنوٹ نے مقام پر بیسیکلی آج سے دسنے جلیا جیسا کہ ادھر جناب آ رہو جڑی ہونی نے شاید نہیں مکھیاں ٹھیک ہے ਇਹ ਅੰਨੇ ਨਹੀਂ ਥਾ ਔਰ ਸ਼ਾਇਦ ਤਿਆਰ ਕਰਾਉਣ ਵਾਲੇ ਨੇ ਮੱਖੀਆਂ ਨਾਲ ਫੁੱਲ ਜਨਾਬ ਇਹਨਾਂ ਬਾਰੇ ਅੱਜ ਡਿਟੇਲ ਤੁਸੀਂ ਦੱਸਾਂ ਕਿਆ ਕੋਈ ਸਿਸਟਮ ਹੋਣਾ ਆ ਔਰ ਹਰ ਸਾਲੋ ਸਾਲ ਇੱਥੇ ਅਸ਼ਨੇ ਹੋਣੇ ਨੇ ਖਾਸ ਕਰੀ ਇਹ ਜਗ੍ਹਾ ਨਾ ਵੈ ਉਹ ਪਹਾੜ ਇੱਕ ਜਗ੍ਹਾ ਆ ਲਾਜ਼ਮੀ ਇੱਥੇ ਜਿਹੜੇ ਅਸ਼ਨੇ ਮੱਖੀਆਂ ਜਿਹੜੇ ਅੰਨੇ ਨੂੰ ਉਸਨੇ ਬਾਅਦ ਫਿਰ ਇੱਥੇ ਇਹਨਾਂ ਕੋਈ ਸਿਸਟਮ ਹੋਣਾ ਖੋਲ ਲੈਣ ਔਰ ਜਿਹੜਾ ਇਹ ਖਾਸ ਕਰੀ ਜਿਹੜਾ ਫੁੱਲ ਲਿਖਣੇ ਨਾ ਬੈਕ ਕਰਾਉਣੇ ਬਾਕੀ ਵੀ ਜਿਹੜੇ ਵੀ ਫੁੱਲ ਲਿਖਣੇ ਉਹਲਾ ਉਹ ਜਿਹੜਾ ਹੋਣਾ ਨਾ ਮੌਸਮ ਖਾਸ ਕਰੀ ਸ਼ਹਿਦ ਬਣਨੇ ਨਾ ਉਹ ਬਿਹਤਰੀਨ ਹੋਣਾ ਆ ਤਾਂ ਬਾਕੀ ਇਸ ਟਾਈਮ ਇੱਧਰ ਅਗਰ ਮਾਰੋ ਜਨਾਬ ਬੈਕਰ ਨੇ ਬੂਟੇ ਠੀਕ ਹੈ ਉੱਪਰ ਤੱਕ ਇਸ ਕਿਉਂ ਇਹਨਾਂ ਨੇ ਫੁੱਲਾ ਔਰ ਇਹ ਜਨਾਬ ਰਸ ਚੂਸ ਲਈਆਂ ਉਸਨੇ ਬਾਅਦ ਸ਼ਹਿਦ ਬਣਨਾ ਆ ਔਰ ਬਾਕੀ ਡਿਟੇਲਸ ਵਗੈਰਾ ਅਸੀਂ ਦੱਸਾਂ ਔਰ ਇਹਨਾਂ ਨੇ ਖਾਸ ਕਰੀ ਜੇ ਛੱਤੇ ਨੇ ਠੀਕ ਹੈ ਕਾਫੀ ਭੈਣਾਂ ਭਰਾ ਉਹਨੇ ਇੰਨਾ ਪਤਾ ਸੀ ਕਿ ਛੱਤੇ ਕਿਹੋ ਜਿਹੇ ਹੋਣੇ ਨੇ ਵੈਸੇ ਛੱਤੇ ਤੱਕ ਨਹੀਂ ਰਹੇ ਉਸ ਲੇਕਿਨ ਇਹ ਡੱਬਿਆਂ ਦੇ ਅੰਦਰ ਜਿਹੜੇ ਛੱਤੇ ਹੋਣੇ ਨੇ ਉਹ ਵੀ ਅਸੀਂ ਦੱਸਾਂ ਅਤੇ ਬਾਕੀ ਇਨਸ਼ਾਅੱਲਾ ਵੀਡੀਓ ਸਟਾਰਟ ਕਰ ਰਹੇ ਜਿਹੜੇ ਭੈਣਾਂ ਭਰਾ ਬਜ਼ੁਰਗ ਸਾਡੇ ਚੈਨਲ ਪਨੀਓ ਤਾਂ ਰਿਕੁਐਸਟ ਹੈ ਕਿ ਯੂਟਿਊਬ ਚੈਨਲ ਅਨੀਸ ਸਕੁਆਡ ਕੀ ਸਬਸਕ੍ਰਾਈਬ ਕਰੀ ਕਿਨੋ ਤਾਂ ਸ਼ੁਰੂ ਕਰਨੇ ਆ ਇੰਨੀ ਇੰਟਰਸਟਿੰਗ ਵੀਡੀਓ ਇਹ ਪਲੇਟਾਂ ਬਣਾਈ ਰਹੇ ਠੀਕ ਹੈ ਇਹ ਹਾਂ ਸਾਹਿਬ ਇੱਕ ਦਿਨ ਕਾ ਆਪ ਕਿੰਨਾ ਬਣਾ ਦਿੱਤੇ ਹੈ 150 ਬਣਾ ਦਿੱਤੇ ਠੀਕ ਹੈ 150 ਬਣਾ ਦਿੱਤੇ ਹੈ ਔਰ ਇਹ ਜਨਾਬ ਇਹਨਾਂ ਹਾਈਸ ਹੈ ਇਹ ਚੈੱਕ ਕਰੋ ਔਰ ਇਸ ਨਾਲ ਹੀ ਬੁਣ ਸਾਰੇ ਜਿਹੜੇ ਇਹਨਾਂ ਡੱਬੇ ਵਗੈਰਾ ਇਹਨਾਂ ਲਾਏ ਹੋਏ ਨੇ ਇਹ ਆ ਉਹ ਡੱਬਾ ਠੀਕ ਹੈ ਅਤੇ ਇਹਨਾਂ ਜਿਹੜਾ ਗੇਟ ਐਂਡ ਮੇਨ ਆਏ ਆ ਇੱਥੋਂ ਜਨਾਬ ਇੰਟਰ ਹੋਣੀਆਂ ਫਿਰ ਬਾਹਰ ਅਸ਼ਣੀਆਂ ਫਿਰ ਜਾਂ ਰਸ ਹੈ 9 ਘੰਟਾ ਜਾਣੀਆਂ ਤਾਂ ਇਸ ਟਾਈਮ ਸ਼ਾਮ ਹੋਣੇ ਜੁਲੀ ਹੈ ਔਰ ਸ਼ਾਮ ਨੇ ਟਾਈਮ ਜਨਾਬ ਲਿਖਣੀਆਂ ਵਨ ਔਰ ਜਾਂ ਸੁਬਹਾ ਲਿਖਣੀਆਂ ਨਹੀਂ ਜਾਂ ਸ਼ਾਮੀ ਠੀਕ ਹੈ ਜਿਹੜਾ ਰਸ ਆਉਣੀਆਂ ਫਿਰ ਸ਼ਾਇਦ ਜਿਹੜਾ ਛੱਤਾ ਹੈ ਠੀਕ ਹੈ ਉਸੀ ਭਰਨੀਆਂ ਖਾਨ ਸਾਹਿਬ ਸਾਡੇ ਨਾਲ ਮੌਜੂਦ ਹਨ ਜਿਹਨਾਂ ਜਨਾਬ ਅਸੀਂ ਕਹਿ ਆਉਣੇ ਨੇ ਜਿਹੜਾ ਸਾਰਾ ਡੱਬੇ ਛੱਬੇ ਰੱਖੇ ਨਹੀਂ ਸੀ ਆਪਣੇ ਜ਼ਬਾਨ ਕਹਿ ਆਉਣੇ ਉਸਨੂੰ ਇਹ ਹਮਾਰਾ ਤੋ ਜ਼ਬਾਨ ਤੋ ਹੈ ਸੀ ਨਾ ਉਰਦੂ ਥੋੜ੍ਹਾ ਥੋੜ੍ਹਾ ਸੀ ਬਾਤ ਕਰਤਾ ਹੂੰ ਲੇਕਿਨ ਅੰਤੁਰ ਅੰਦਰ ਤੋ 10 ਫਰੇਮ ਹੈ ਨਾ ਜੀ ਉਹ ਫਰੇਮ ਕੇ ਅੰਦਰ ਤੋ ਲਾਰਵਾ ਵੀ ਹੈ ਉਹ ਅੰਡੇ ਵੀ ਹੈ ਬੱਚੇ ਵੀ ਹੈ ਕੱਚਾ ਬੱਚਾ ਵੀ ਹੈ ਪੱਕਾ ਬੱਚਾ ਵੀ ਹੈ ਲੇਕਿਨ ਉੱਪਰ ਤੋਂ ਸ਼ਾਦ ਤੋਂ ਬਣਾਇਆ ਸ਼ਾਦ ਤੋਂ ਇਨਸ਼ਾਅੱਲਾ ਤੋਂ ਤਕਰੀਬਨ ਕਮ ਅਜ਼ ਕਮ 15-20 ਦਿਨ ਬਾਅਦ ਇਨਸ਼ਾਅੱਲਾ ਤਿਆਰ ਹੋ ਜਾਏਗਾ ਲੇਕਿਨ ਹਮ ਤੋ ਇੱਧਰ ਸੇ ਬੇਚਨੇ ਇਸਲਾਮਾਬਾਦ ਮੇਂ ਇਸਲਾਮਾਬਾਦ ਮੇਂ ਬੜਾ ਫਿਕਰੀ ਵੀ ਹੈ ਇੱਧਰ ਸੇ ਬੇਚਨੇ ਲੈਬੋਰੇਟਰੀ ਮੇਂ ਚੈੱਕ ਕਰਨਾ ਹੈ ਲੇਕਿਨ ਇੱਧਰ ਸੇ ਬੇਚਨੇ ਇੱਧਰ ਸੇ ਨਹੀਂ ਲੋਗ ਲੇਤੇ ਇੱਧਰ ਸੇ ਲੋਗ ਤੋ ਐਸੇ ਤੋ ਫਰਚੂਨ ਕਰਨਾ ਹੈ ਲੇਕਿਨ ਫਰਚੂਨ ਤੋ ਇਤਨਾ ਜ਼ਿਆਦਾ ਨਹੀਂ ਬੇਚਦੇ ਕਿਸ ਤਰ੍ਹਾਂ ਕਿਲੋ 1000 ਕਿਲੋ 1000 ਕਾ ਤੋ 1000 ਕਾ ਬੇਚਦੇ ਹੈ ਲੇਕਿਨ ਤੋ ਇਸ ਤਰ੍ਹਾਂ ਦੀ ਫਿਕਰੀ ਮੇਂ ਕੋਈ ਹਿਸਾਬ ਨਹੀਂ ਹੈ ਲੇਕਿਨ ਤੋ ਕਭੀ ਤੋ ਰੇਟ ਉੱਚੇ ਹੈ ਕਭੀ ਨੀਚੀ ਵੀ ਹੈ ਲੇਕਿਨ ਇਹ ਮਹਿੰਗਾਈ ਵਾਲਾ ਸਾਬ ਹੁੰਦਾ ਹੈ ਜੀ ਜੀ ਠੀਕ ਹੈ 1000 ਰੁਪਏ ਕਿਲੋ ਜੀ ਜੀ ਇਹ ਛੋਟਾ ਸ਼ਾਇਦ ਹੁੰਦਾ ਹੈ ਜਾਂ ਬੜਾ ਇਸਕਾ ਤੋ ਛੋਟਾ ਵੀ ਨਹੀਂ ਵੱਡਾ ਵੀ ਨਹੀਂ ਦਰਮਿਆਨੀ ਦਰਮਿਆਨਾ ਸ਼ਾਇਦ ਹੁੰਦਾ ਜੀ ਜੀ ਠੀਕ ਹੈ ਔਰ ਇੱਕ ਤਾਂ ਹੋਣਾ ਨਾ ਕੁਦਰਤੀ ਜੀ ਜੀ ਕੁਦਰਤੀ ਹੋਣਾ ਹੈ ਮਸਨੂਈ ਕੋਈ ਨਹੀਂ ਨਹੀਂ ਮਸਨੂਈ ਨਹੀਂ ਬਣਾਇਆ ਲੇਕਿਨ ਹਮ ਤੋ ਇਸਲਾਮਾਬਾਦ ਮੇਂ ਤੋ ਬੇਚਨੇ ਇਸਲਾਮਾਬਾਦ ਮੇਂ ਤੋ ਫੈਕਟਰੀ ਹੈ ਨਾ ਇਹ ਹਰ ਤੋ ਕੈਨ ਮੇਂ ਤੋ ਚੈੱਕ ਕਰਨਾ ਹੈ ਲੇਕਿਨ ਲੈਬੋਰੇਟਰੀ ਵੀ ਹੈ ਇਸਕੇ ਦੋ ਨੰਬਰ ਕੰਮ ਨਹੀਂ ਕਰਨਾ ਕਿਉਂ ਲੇਕਿਨ ਦੋ ਨੰਬਰ ਕੰਮ ਕੋਈ ਬੰਦ ਅਸੀਂ ਕਰ ਸਕਤੇ ਲੇਕਿਨ ਤੋ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਤੋ ਹਦੀਸ ਹੈ ਨਾ ਮਨ ਗਸ਼ ਫਲੈਸ ਮਿੰਨਾ ਕੋਈ ਬੰਦਾ ਮਿਲਾਵਟ ਕਰਤਾ ਹੈ ਲੇਕਿਨ ਦੋ ਨੰਬਰ ਕੰਮ ਕਰਨਾ ਇਹ ਹਮਾਰਾ ਉਮਤ ਹੀ ਨਹੀਂ ਲੇਕਿਨ ਤੋ ਇਸਕਾ ਤੋ ਕਾਰੋਬਾਰ ਹੈ ਨਾ ਕਾਰੋਬਾਰ ਕੋਈ ਬੰਦਾ ਮਿਲਾਵਟ ਕਰਤੇ ਗਲਤੀ ਕਰਨੇ ਕੋਈ ਫਾਇਦਾ ਨਹੀਂ ਬਿਲਕੁਲ ਹਾਂ ਜੀ ਉਹ ਬਰਕਤ ਨਹੀਂ ਬਰਕਤ ਵੀ ਨਹੀਂ ਹੈ ਲੇਕਿਨ ਤੋ ਇਹ ਦੁਨੀਆ ਮੇਂ ਤੋ ਜ਼ਲੀਲ ਹੋ ਜਾਏਗਾ ਆਖਿਰਤ ਮੇਂ ਤੋ ਜ਼ਲੀਲ ਹੋ ਜਾਏਗਾ ਲੇਕਿਨ ਕੋਈ ਫਾਇਦਾ ਨਹੀਂ ਇਹ ਗੱਲ ਹੈ ਇਸੇ ਹਾਂ ਸਾਹਿਬ ਸਪੈਸ਼ਲੀ ਉਹ ਡੱਬਾ ਅਸੀਂ ਦੱਸੋ ਜਿਸਨੇ ਜਿਸ ਤੋਂ ਇਹ ਸ਼ਹਿਦ ਬਣਾਉਣੇ ਹੋ ਜੀ ਠੀਕ ਹੈ ਮੱਖੀਆਂ ਹੋਣੀਆਂ ਨੇ ਇਹ ਨਾਲ ਹੀ ਦੱਸੋ ਜ਼ਰਾ ਬਿੰਨੀਆਂ ਤਾਂ ਨਹੀਂ ਮਿਗੀ ਨਹੀਂ ਇਨਸ਼ਾਅੱਲਾ ਤੋ ਨਜ਼ਦੀਕ ਨਹੀਂ ਹੈ ਇਧਰ ਸੇ ਬੈਠੋ ਨਾ ਠੀਕ ਹੈ ਇਹ ਹਮ ਦੂਆ ਲਗਾ ਰਹੇ ਕੰਮ ਖਰਾਬ ਹੋਣੇ ਲੰਮੀ ਜਗ੍ਹਾ ਤੋਂ ਜਾਲੀ ਲੈ ਵੀ ਹੈ ਇੱਕ ਮਿੰਟ ਸਬਰ ਕੀ ਜਾਲੀ ਦੇ ਕੇ ਹੁੰਡੀ ਇੱਕ ਤਾਂ ਕਰਨੀ ਹੈ ਵੀ ਕੀ ਨਹੀਂ ਕਰਨੀ ਚਾਹੀਦੀ
तुसा की बीड़ी की फिर ठीक है बिल्कुल सर जड़ी कैप है वो ले हिंदी है यो जाली लाओ लो जाली एक और ले लो ये जाली और ले लो गिरा छु जनाब इन्हें तो सो माशाल्लाह है जाकर गिरा जो नी कैमरा मैन से नहीं बिननी बेफिक्र ठीक है कैमरा में पौड़ी किना के साढ़े जड़ कैमरा मैन वो भी थोड़े डरने ऐ तो की सकने जनाब माशाल्लाह ये तो सारी तो शहद है ना अच्छा इसके अंदर ये शहद बनाते हैं ठीक है ऐ जनाब चेक कर ही सकने हो ये शहद है इस पर ये सारे सील लगाने मोहर भी लगा सकते हैं इधर से दो कना ठीक उसके सारे शहद भी बनाए ये मक्खियां जड़ी जानियां शहद बनानी अनियन रस ठीक है 15 to 20 दाड़े लगने इंशाल्लाह तो नहीं हो अभी तो रमजान से 12 or 13 रमजान से इंशाल्लाह तैयार हो जाएगा ना अच्छा हाँ जी ये सारे दो कना उसका तो अंदर तो है ना इसका ये इस सामने इसका लारवा भी है अच्छा ये लारवा है बच्चा कच्चा बच्चा भी है ये उसका ऊपर तुषात है ना ये जो बंद है हाँ जी को ये देखो ना बिल्कुल उसका लारवा है ठीक ठीक ये कच्चा बच्चा है ना बच्चे तैयार हो रहे ये बच्चा बच्चा तैयार हो जाएगा उसका लारवा है कच्चा बच्चा है ना ठीक इसका तो पक्का भी है पक्का इधर से दूसरा फार्म में है ना जरूरत नहीं ये भाई देखो ना उसका तो सारे तो पक्का बच्चा है ना अच्छा ये सारे तो पक्का बचा है बिल्कुल ये ऊपर वाला शहर है ठीक है ये छत है खुद से बनाते हैं हाँ ये खुद बना सकते हैं उसका तो फ्रेम तो कम है ना इस वास्ते में हाँ बिल्कुल बना है जनाब ये चेक कर इसने अच्छा ये एक है मारने पे हो अच्छा एक आया ये धुआं है धुआं बाकी व्यूअर्स सारे कपड़े अंदर वो एक जड़ी होनी है ना मक्खी हो बड़ी किसी तो जनाब अल्हम्दुलिल्लाह बीड़ी कोई नहीं लिकड़ी गई है अच्छा खान साहब ये क्या है ये धुआं है धुआं इसका तो गोया सुख गोया ना इसका तो मक्खी तो लड़ता भी नहीं है लड़ता नहीं है लड़ता नहीं है आपको कभी उसने डंग मारा है अभी तो डंग मारना है देखो ना अभी 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 देखो ना इसका ये देखें ठीक है देखो ये असर नहीं होता ये कुछ भी नहीं है बस हम तो जिस्म तो आदत है ना आदत हो गई आदत है ठीक 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 तकरीबन कितने डब्बे हो 160 पीटी कितनी 160 160 जी ठीक है इसमें से कितने बचते हैं शायद कितना बन जाता है इसमें कोई पता नहीं भाई इसका तो सीजन का पता नहीं लेकिन तो कभी तो 10 कैन निकल गया कभी 5 कैन निकल गया कभी बिल्कुल है नहीं साहब स्पेशली तकी सकने जनाब ये बनाया ने और इसी तू बंद करने और एथू वा लिखनी हां जी हां जी ये गल है तू आज तैयार बनी रहना इथू लिखना है जी जी हां बिल्कुल बाकी जनाब तकरीबन 36 ने हुन ये जड़ा सीजन है स्टार्ट करता ने हुन बाकी इसनी कोई लोड कोनी आई थिंक ठीक है फिर की नो त जैसा के तकी सकले हो तकरीबन 160 जड़े न ओ डब्बे ये कुछ स्प्रे है इनन ठीक है मारने जले बहुत ज्यादा इस टाइम मक्खियां ज्यादा आने न के चिड़ियां होनी है क्योंकि इस टाइम ज्यादा बिनियां सुबह नहीं बिनियां और माड़े तो कपड़े बिच बड़ियां सन बड़ियां होइयां कड़ियां और ये कोई स्प्रे होनी है आई थिंक ये मारने न उसने वजह तू बिनियां नहीं ठीक है जिसमें पर मारने उसन तू हां जनाब चेक करो आज भी लगे असा इतना लाया शूट इतना करी रहे क्योंकि इतना भी मक्खियां असं बिड़ी सकनियां इस वजह तू हां इतना लाया इन्हें लटया आ और थोड़ा अपर जुले हैं और या थोड़ा गहरा है जो जनाब तकरीबन सारे एक बार डब्बे नहीं दसने हैं कि माशाल्लाह काफ़ी ज़्यादा डब्बे इन मौजूद हैं इस इलाके जला भी अच्छो ठीक है मक्खियाँ बड़ा तंग कर रही हैं मैं इतू जाना होना ना अक्सर शाट रहा जाना जरा ही इतू जला भी लिखो ना तो मक्खियाँ कोई ना कोई मुँह जरूर लगनी है लेकिन बिड़ी नहीं अजय तकर इक तंग करनी पी है अल्लाह हैर ही करे जनाब दसो खान साहब का बिल्कुल जनाब आराम सुकून नाल डब्बे चू वो तो की सकने प्लेटा कड़ी तो आने उसने बाद इधर जनाब इन्होंने कोई रहाइश है वह भी सुन दसने अगर मारो मैं दसना है जनाब छत्ता ठीक है ये बनानी उसने भी चलानियां आपे बनानियां तो इसने भी फिर शायद भरना होना आया जब रस होना आया ठीक है वह भरी तो फिर एंड पर इसकी असर नचोड़ने नहीं चिके है नचोड़े आ इसने जरा शहद है ना इन्ना कटेगा आ ठीक है ए तक इस तरीके आना आया बाकी जनाब चेक करी सकने खान साहब घुली रहे मक्खियां नाल ठीक है छत्ता ही नलवाया है ठीक है छत्ता है जनाब
बिल्कुल साफ सुथरा इन्हें मक्खियां जजा बनाया और ये प्लेट भी चलाना तक ठीक है। तो ये सारा इन्हें एक किस्म का डेरा टाइप ठीक है ये रखा इन्हें सारिया जी डब्बे न तरतीब वाइज इन्हें लाए हुए और शाम ने टाइम जनाब मक्खिया तक सुन कि सारिया लिकड़िया मैं दसना डब्बे ने मोरों को ये मोर है जरा इतू मक्खियां लिकनियां तो बाकी व्यूअर्स हां साहब छत्ता आंदा है ठीक है ये अभी ताज़ा इन्होंने बनाया जी जी अभी ताज़ा ठीक है। तो बाकी अगर कोई बहन भाई लेना चाहे ये माहियाँ ठीक है शायद जिसे कहते हैं वो कितना मिल जाएगा आपके शहर से जी शहर तो उसका 1000 रुपये तो मिल जाएगा किलो किलो ठीक है वो तो इंशाल्लाह तो साफ सुथरा है ना जी जितना भी चाहिए ना लभी जैसे जी बिल्कुल जी हाँ तो लेकिन तो मिलावट वाला भी नहीं है लेकिन दाम तो खालिस होगा खालिस बिल्कुल खालिस होगा जी ठीक है। बाकी व्यूअर्स उम्मीद करना कि सुहाई वीडियो पसंद आई उसी मिलने एक न्यू वीडियो भी अपना बुसरा ख्याल रखे तो असं दुआ याद रखे अल्लाह सुनने वाला।